ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਤੇ ਇਸ ਵੀਡੀਓ ਵਿੱਚ ਪੰਜਾਬ ਜੀਕੇ ਦੇ ਕਾਫੀ ਵਧੀਆ ਐਗਜ਼ਾਮ ਓਰੀਐਂਟਡ ਕੁਐਸਚਨ ਇਨਕਲੂਡ ਕੀਤੇ ਗਏ ਨੇ ਤਾਂ ਕਰਕੇ ਸਿਰਫ ਵੀਡੀਓ ਨੂੰ ਦੇਖਿਓ ਨਾ ਨਾਲ ਦੀ ਨਾਲ ਰਾਈਟ ਡਾਊਨ ਜ਼ਰੂਰ ਕਰ ਲੈ। ਐਂਡ ਇੱਕ ਰਿਕਵੈਸਟ ਹੈ 40000 ਸਬਸਕ੍ਰਾਈਬਰ ਆਪਣੇ ਕੰਪਲੀਟ ਹੋਣ ਵਾਲੇ ਨੇ ਜਲਦੀ ਨਾਲ ਸਬਸਕ੍ਰਾਈਬ ਕਰਕੇ ਚੈਨਲ ਕੰਪਲੀਟ ਕਰਵਾ ਦਿਓ। ਹੁਣ ਜ਼ਿਆਦਾ ਟਾਈਮ ਆਪਾਂ ਬੇਸਟ ਨਹੀਂ ਕਰਦੇ ਕੁਐਸਚਨ ਨੰਬਰ 1 ਦੀ ਗੱਲ ਕਰੀਏ। ਆਦਿ ਗ੍ਰੰਥ ਸਾਇਬ ਦਾ ਸੰਕਲਨ ਕਦੋਂ ਅਤੇ ਕਿਸ ਨੇ ਕੀਤਾ ਸੀ? ਕਾਫੀ ਇੰਪੋਰਟੈਂਟ ਕੁਐਸਚਨ ਹੈ ਐਗਜ਼ਾਮ ਵਿੱਚ ਕਾਫੀ ਵਾਰ ਆਪਸ਼ਨ ਤੁਹਾਨੂੰ ਨੀਚੇ ਦਿੱਤੇ ਹੋਏ ਨੇ ਜੇ ਤੁਹਾਨੂੰ ਪਤਾ ਹੈ ਤਾਂ ਵੀਡੀਓ ਨੂੰ ਪਾਉਜ਼ ਕਰਕੇ ਵੀਡੀਓ ਵਿੱਚ ਕਮੈਂਟ ਜ਼ਰੂਰ ਕਰ ਦਿਓ ਜਿਹੜੇ ਵੀ ਕੁਐਸ਼ਨ ਦਾ ਜੇ ਤੁਹਾਨੂੰ ਅਨਸਰ ਪਤਾ ਹੈ ਤਾਂ ਔਰ ਦੋਸਤੋ ਤਾਂ ਆਪਸ਼ਨ ਨੇ A ਭਾਈ ਮੰਨੀ ਸਿੰਘ ਜੀ 751 B ਗੁਰੂ ਗੋਬਿੰਦ ਸਿੰਘ ਜੀ 1618 C ਗੁਰੂ ਨਾਨਕ ਦੇਵ ਜੀ 1490 D ਗੁਰੂ ਅਰਜਨ ਦੇਵ ਜੀ 1604 ਤਾਂ ਇਸ ਦਾ ਰਾਈਟ ਆਨਸਰ ਹੋਇਆ ਜਿਹੜਾ ਆਤ ਗ੍ਰੰਥ ਸੀ ਉਸ ਦਾ ਸੰਕਲਨ ਕਦੋਂ ਅਤੇ ਕਿਸ ਨੇ ਕੀਤਾ ਸੀ ਉਹ ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਵਿੱਚ ਕੀਤਾ ਸੀ ਅਣ ਦੋਸਤੋ ਇੱਕ ਗੱਲ ਹੋਰ ਜੇ ਤੁਸੀਂ ਹਾਲੇ ਤੱਕ WhatsApp ਗਰੁੱਪ ਜੁਆਇਨ ਨਹੀਂ ਕੀਤਾ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ WhatsApp ਗਰੁੱਪ ਵੀ ਹੈ ਤੇ Telegram ਚੈਨਲ ਦਾ ਲਿੰਕ ਵੀ ਹੈ ਉਸ ਨੂੰ ਜਾ ਕੇ ਵੀ ਜੁਆਇਨ ਕਰ ਲਓ ਕਾਫੀ ਇੰਪੋਰਟੈਂਟ ਕਲਾਸਸ ਐਂਡ ਇਨਫੋਰਮੇਸ਼ਨ ਤੁਹਾਨੂੰ WhatsApp ਗਰੁੱਪ ਆ ਤੇ Telegram ਤੇ ਵੀ ਪ੍ਰੋਵਾਈਡ ਹੁੰਦੀ ਰਹਿੰਦੀ ਆ ਇਸ ਤੋਂ ਬਾਅਦ ਕੁਐਸਚਨ ਨੰਬਰ 2 ਦੀ ਗੱਲ ਕਰੀਏ ਦਸਮ ਗ੍ਰੰਥ ਵਿੱਚ ਕਿੰਨੀਆਂ ਰਚਨਾਵਾਂ ਸ਼ਾਮਿਲ ਨੇ ਟੋਟਲ ਕਿੰਨੀਆਂ ਰਚਨਾਵਾਂ ਸ਼ਾਮਿਲ ਨੇ ਕਾਫੀ ਵਾਰ ਇਗਜ਼ਾਮ ਵਿੱਚ ਇਹ ਕੁਐਸਚਨ ਵੀ ਰਿਪੀਟ ਹੋ ਚੁੱਕਿਆ ਤਾਂ ਯਾਦ ਰੱਖੋ ਟੋਟਲ 18 ਰਚਨਾਵਾਂ ਅਲੱਗ-ਅਲੱਗ ਕਵੀਆਂ ਦੀ ਹੈ ਇਸ ਵਿੱਚ ਸ਼ਾਮਿਲ ਨੇ ਇਸ ਤੋਂ ਬਾਅਦ ਕੁਐਸਚਨ ਨੰਬਰ 3 ਦੀ ਗੱਲ ਕਰੀਏ ਸਿੱਖ ਧਰਮ ਵਿੱਚ ਆਪਣੀ ਕਮਾਈ ਦਾ ਦਸਵਾਂ ਹਿੱਸਾ ਧਰਮ ਦੇ ਭਲੇ ਲਈ ਦਿੱਤਾ ਜਾਂਦਾ ਹੈ ਇਸ ਨੂੰ ਕੀ ਕਿਹਾ ਜਾਂਦਾ ਹੈ ਇਸ ਰਸਮ ਨੂੰ ਕੀ ਕਿਹਾ ਜਾਂਦਾ ਹੈ ਜਿਹੜੇ ਵੀ ਸਿੱਖ ਧਰਮ ਨੇ ਸਿੱਖ ਧਰਮ ਦੇ ਲੋਕ ਨੇ ਉਹ ਆਪਣੀ ਕਮਾਈ ਦਾ ਦਸਵਾਂ ਹਿੱਸਾ ਗੁਰਦੁਆਰਿਆਂ ਵਿੱਚ ਪੇਟ ਕਰਦੇ ਨੇ ਤਾਂ ਇਸ ਰਸਮ ਨੂੰ ਕੀ ਕਿਹਾ ਜਾਂਦਾ ਹੈ ਦਸਵੰਦ ਇਸ ਨੂੰ ਕਿਹਾ ਜਾਂਦਾ ਹੈ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੋਵੇਗਾ ਇਸ ਤੋਂ ਬਾਅਦ ਕੁਐਸਚਨ ਨੰਬਰ 4 ਦੀ ਗੱਲ ਕਰੀਏ ਬਾਹਰ ਮਾਤ ਤੁਖਾਰੀ ਰਚਨਾ ਕਿਸ ਦੁਆਰਾ ਰਚੀ ਗਈ ਸੀ ਹੈ ਅਹ ਨੀਚੇ ਚਾਰ ਆਪਸ਼ਨ ਨੇ ਜੇ ਤੁਹਾਨੂੰ ਪਤਾ ਹੈ ਵੀਡੀਓ ਵਿੱਚ ਕਮੈਂਟ ਕਰ ਦਿਓ ਬਟ ਕੁਐਸਚਨ ਨੰਬਰ 4 ਦਾ ਜਿਹੜਾ ਰਾਈਟ ਆਨਸਰ ਹੋਵੇਗਾ ਗੁਰੂ ਨਾਨਕ ਦੁਆਰਾ ਇਹ ਲੱਚੀ ਗਈ ਸੀ ਉਹ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 15 ਦੀ ਗੱਲ ਕਰੀਏ ਜਪੂਜੀ ਸਾਹਿਬ ਦੀ ਰਚਨਾ ਕਿਸ ਗੁਰੂਦਵਾਰੇ ਕੀਤੀ ਗਈ ਸੀ ਤਾਂ ਦੋਸਤੋ ਇਸ ਤਰ੍ਹਾਂ ਦੀਆਂ ਜਿਹੜੀ ਆਪਣੀ ਰਚਨਾਵਾਂ ਨੇ ਇੰਨਾ ਬੜੇ ਐਗਜ਼ਾਮ ਵਿੱਚ ਬਹੁਤ ਸਾਰੇ ਕੁਐਸਚਨ ਪੁੱਛਣ ਨੂੰ ਮਿਲਦੇ ਨੇ ਤਾਂ ਕਰੇ ਕਨਫਿਊਜ਼ਨ ਹੋਵੇ ਕਿਸੇ ਵੀ ਚੀਜ਼ ਨਾਲ ਰਿਲੇਟ ਕਰਕੇ ਤੁਸੀਂ ਇਹਨਾਂ ਚੀਜ਼ਾਂ ਨੂੰ ਯਾਦ ਜ਼ਰੂਰ ਕਰ ਲਿਓ ਤਨਜਪੁਜੀ ਸਾਹਿਬ ਦੀ ਰਚਨਾ ਕਿਸ ਦੁਆਰਾ ਕੀਤੀ ਸੀ ਇਹ ਸਭ ਨੂੰ ਪਤਾ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਹੀ ਤਨਜਪੁਜੀ ਸਾਹਿਬ ਦੀ ਰਚਨਾ ਕੀਤੀ ਗਈ ਸੀ ਇਸ ਤੋਂ ਬਾਅਦ ਕੁਐਸਚਨ ਨੰਬਰ 6 ਦੀ ਗੱਲ ਕਰੀਏ ਅਸਾ ਦੀ ਬਾਣੀ ਦੀ ਰਚਨਾ ਕਿਸ ਗੁਰੂ ਦੁਆਰਾ ਕੀਤੀ ਗਈ ਸੀ ਤਾਂ ਅਸਾ ਦੀ ਬਾਣੀ ਦੀ ਰਚਨਾ ਆਪਣਾ ਗੁਰੂ ਨਾਨਕ ਦੇਵ ਜੀ ਹੀ ਦੁਆਰਾ ਅਸਾ ਦੀ ਬਾਣੀ ਦੀ ਰਚਨਾ ਵੀ ਕੀਤੀ ਗਈ ਸੀ ਇਸ ਤੋਂ ਬਾਅਦ ਕੁਐਸਚਨ ਨੰਬਰ 7 ਦੀ ਗੱਲ ਕਰੀਏ ਉਦਾਸੀ ਮਤ ਦੀ ਸਥਾਪਨਾ ਕਿਸ ਨੇ ਕੀਤੀ ਸੀ ਕਾਫੀ ਵਾਰ ਐਗਜ਼ਾਮ ਵਿੱਚ ਇਹ ਕੁਐਸਚਨ ਰਿਪੀਟ ਹੋ ਚੁੱਕਿਆ ਹੈ ਯਾਦ ਰੱਖਿਓ ਉਦਾਸੀ ਮਤ ਦੀ ਸਥਾਪਨਾ ਨੇੜੀ ਸ੍ਰੀ ਚੰਦ ਦੁਆਰਾ ਕਿੱਥੇ ਗਏ ਸੀ ਐਂਡ ਕੁਐਸਚਨ ਨੰਬਰ 8 ਦੀ ਗੱਲ ਕਰੀਏ ਪੰਜਾ ਸਾਹਿਬ ਦਾ ਦੂਜਾ ਨਾਮ ਕੀ ਹੈ ਪੰਜਾ ਸਾਹਿਬ ਨੂੰ ਇੱਕ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਉਹ ਕਿਹੜਾ ਨਾਮ ਹੈ ਹਸਨ ਅਬਦਾਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤਾਂ ਆਪਸ਼ਨ ਕੁਐਸਚਨ ਨੰਬਰ 8 ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਬੀ ਹਸਨ ਅਬਦਾਲ ਇਜ਼ ਦਾ ਰਾਈਟ ਆਨਸਰ ਹੋ ਜਾਵੇਗਾ ਕੁਐਸਚਨ ਨੰਬਰ 9 ਦੀ ਗੱਲ ਕਰੀਏ ਗੁਰੂ ਅਮਰਦਾਸ ਜੀ ਨੇ ਬੌਲੀ ਕਿੱਥੇ ਨਿਰਮਾਣ ਕੀਤਾ ਸੀ ਬੌਲੀ ਦਾ ਨਿਰਮਾਣ ਕਿੱਥੇ ਕਰਵਾਇਆ ਸੀ ਗੁਰੂ ਅਮਰਦਾਸ ਜੀ ਨੇ ਇਸ ਵਿੱਚ ਦੋਸਤੋ ਦੋ ਕੁਐਸਚਨ ਕਵਰ ਹੁੰਦੇ ਨੇ ਇਗਜ਼ਾਮ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ ਕਿ ਬੋਲੀ ਦਾ ਨਿਰਮਾਣ ਕਿਸ ਗੁਰੂ ਦੁਆਰਾ ਕਰਵਾਇਆ ਗਿਆ ਸੀ ਤਾਂ ਯਾਦ ਰੱਖਿਓ ਗੁਰੂ ਅਮਰਦਾਸ ਜੀ ਹੈ ਤੇ ਬੋਲੀ ਦਾ ਨਿਰਮਾਣ ਕਿੱਥੇ ਕਰਵਾਇਆ ਗਿਆ ਸੀ ਉਹ ਗੋਇੰਦਵਾਲ ਵਿਖੇ ਕਰਵਾਇਆ ਗਿਆ ਸੀ ਤਾਂ ਕੁਐਸਚਨ ਨੰਬਰ 9 ਦਾ ਜਿਹੜਾ ਰਾਈਟ ਆਨਸਰ ਹੋਵੇ ਆਪਸ਼ਨ ਨੰਬਰ ਸੀ ਗੋਇੰਦਵਾਲ ਇਸ ਦਾ ਰਾਈਟ ਆਨਸਰ ਹੈ ਕੁਐਸਚਨ ਨੰਬਰ 10 ਦੀ ਗੱਲ ਕਰੀਏ ਅੰਮ੍ਰਿਤਸਰ ਸਹਿਰ ਦੀ ਸਥਾਪਨਾ ਕਿਸ ਗੁਰੂ ਦੁਆਰਾ ਕੀਤੀ ਗਈ ਸੀ ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਯਾਦ ਰੱਖੋ ਅੰਮ੍ਰਿਤਸਰ ਦੀ ਸਥਾਪਨਾ ਗੁਰੂ ਰਾਮਦਾਸ ਜੀ ਦੁਆਰਾ ਕੀਤੀ ਗਈ ਸੀ ਤਾਂ ਆਪਸ਼ਨ ਨੰਬਰ ਸੀ ਇਸ ਦਾ ਰਾਈ ਇਸ ਵਾਰ ਕੁਐਸਚਨ ਨੰਬਰ 11 ਦੀ ਗੱਲ ਕਰੀਏ ਲੋਕ ਭਾਸ਼ਾ ਵਿੱਚ ਸੂਫੀ ਭਾਸ਼ਾ ਲਿਖਣ ਵਾਲਾ ਪਹਿਲਾ ਕਵੀ ਕੌਣ ਸੀ ਕਹਿੰਨ ਦਾ ਭਾਵ ਇਹ ਹੈ ਕਿ ਸੂਫੀ ਭਾਸ਼ਾ ਨੂੰ ਲੋਕਾਂ ਦੇ ਸਮਝਣ ਵਾਸਤੇ ਯੂਜ਼ ਕਰਨ ਵਾਲਾ ਪਹਿਲਾ ਕਵੀ ਕੌਣ ਸੀ ਤਾਂ ਸ਼ੇਖ ਫਰੀਦ ਜੀ ਸੀ ਉਸ ਟਾਈਮ 'ਤੇ ਡੀ ਇਜ਼ ਦਾ ਰਾਈਟ ਆਨਸਰ ਹੋ ਜਾਵੇਗਾ ਇਸ ਵਾਰ ਕੁਐਸਚਨ ਨੰਬਰ 12 ਦੀ ਗੱਲ ਕਰੀਏ ਸਿੱਖ ਧਰਮ ਵਿੱਚ ਪਹਿਲਾ ਸਿੱਕਾ ਕਿਸ ਨੇ ਜਾਰੀ ਕੀਤਾ ਸੀ ਮਤਲਬ ਕਰੰਸੀ ਕਿਸ ਨੇ ਨਵੈਂਟ ਕੀਤੀ ਸੀ ਸਿੱਖ ਰਾਜ ਦੇ ਦੌਰਾਨ ਤਾਂ ਯਾਦ ਰੱਖੋ ਬਾਬਾ ਬੰਦਾ বাহাদুর ਜੀ ਦੁਆਰਾ ਸਭ ਤੋਂ ਪਹਿਲਾਂ ਸਿੱਕੇ ਚਲਾਏ ਗਏ ਸੀ ਇਹਨਾਂ ਦੇ ਸਿੱਕੇ ਧਰਮ ਦੇ ਨਾਲ ਰਿਲੇਟਡ ਇਸ ਤੋਂ ਬਾਅਦ ਕੁਐਸਚਨ ਨੰਬਰ 13 ਦੀ ਗੱਲ ਕਰੀਏ ਪਹਿਲੀ ਸਿੰਘ ਸਭਾ ਕਿੱਥੇ ਹੋਈ ਸੀ ਕਾਫੀ ਵਾਰ ਐਗਜ਼ਾਮ ਵਿੱਚ ਇਹ ਕੁਐਸਚਨ ਵੀ ਰਿਪੀਟ ਹੋ ਚੁੱਕਾ ਹੈ ਦੋਸਤੋ ਇਸ ਵਿੱਚ ਸਿਰਫ ਮੈਂ ਇੰਪੋਰਟੈਂਟ ਤੇ ਐਕਸਪੈਕਟਿਡ ਕੁਐਸਚਨ ਇਨਕਲੂਡ ਕੀਤੇ ਹੋਏ ਨੇ ਤਾਂ ਕਰਕੇ ਲਾਈਟ ਨਾ ਲਿਓ ਲਾਈਟਲੀ ਨਾ ਲਿਓ ਇਹਨਾਂ ਨੂੰ ਰਾਈਟ ਡਾਊਨ ਕਰਕੇ ਮਾਈਂਡ ਵਿੱਚ ਸੈੱਟ ਜ਼ਰੂਰ ਕਰ ਲਓ ਯਾਦ ਕਰ ਲਓ ਕਿਉਂਕਿ ਦੋ ਨੰਬਰਾਂ ਦੇ ਕੁਐਸਚਨ ਤੁਹਾਨੂੰ ਇਸ ਵੀਡੀਓ ਵਿੱਚ ਪੱਕੇ ਐਗਜ਼ਾਮ ਵਿੱਚ ਦੇਖਣ ਨੂੰ ਜ਼ਰੂਰ ਮਿਲਣਗੇ ਤਾਂ ਸਿੰਘ ਸਭਾ ਦੀ ਸਥਾਪਨਾ ਸਭ ਤੋਂ ਪਹਿਲਾਂ ਕਿੱਥੇ ਹੋਈ ਸੀ ਤਾਂ ਸੋਰੀ ਸਿੰਘ ਪਹਿਲੀ ਸਿੰਘ ਸਭਾ ਕਿੱਥੇ ਹੋਈ ਸੀ ਇਹ ਅੰਮ੍ਰਿਤਸਰ ਵਿੱਚ ਹੋਈ ਸੀ ਕੁਐਸਚਨ ਨੰਬਰ 13 ਦਾ ਰਾਈਟ ਆਨਸਰ ਜਿਹੜਾ ਅੰਮ੍ਰਿਤਸਰ ਇਜ਼ ਦਾ ਰਾਈਟ ਆਨਸਰ ਹੋ ਜਾਵੇਗਾ ਕੁਐਸਚਨ ਨੰਬਰ 14 ਦੀ ਗੱਲ ਕਰੀਏ ਗੁੱਕਾ ਅੰਦੋਲਨ ਦੌਰਾਨ ਕਿਸ ਜਾਨਵਰ ਦੀ ਪੂਜਾ ਕੀਤੀ ਜਾਂਦੀ ਸੀ ਤਾਂ ਇਹ ਸਭ ਨੂੰ ਪਤਾ ਈਜ਼ੀ ਕੁਐਸਚਨ ਹੈ ਆਪਸ਼ਨ ਨੰਬਰ ਬੀ ਗਊ ਦੀ ਹੀ ਪੂਜਾ ਕੀਤੀ ਜਾਂਦੀ ਸੀ ਗੁੱਕਾ ਅੰਦੋਲਨ ਦੌਰਾਨ ਇਸ ਤੋਂ ਬਾਅਦ ਕੁਐਸਚਨ ਨੰਬਰ 15 ਦੀ ਗੱਲ ਕਰੀਏ ਪੰਜਾਬ ਦੀ ਵੰਡ ਦੀ ਹੱਦਬੰਦੀ ਦੇ ਫੈਸਲੇ ਦਾ ਕੀ ਨਾਮ ਹੈ ਮਤਲਬ ਜਦੋਂ ਪੰਜਾਬ ਦੀ ਵੰਡ ਹੋਈ ਪਾਕਿਸਤਾਨ ਅਲੱਗ ਹੋ ਗਿਆ ਤਾਂ ਉਹ ਕਿਸ ਫੈਸਲੇ ਦੌਰਾਨ ਹੱਦਬੰਦੀ ਕੀਤੀ ਗਈ ਸੀ ਤਾਂ ਉਸ ਫੈਸਲੇ ਨੂੰ ਆਪਾਂ ਰੈਡ ਕਲਿਫ ਲਾਈਨ ਜਾਂ ਰੈਡ ਕਲਿਫ ਅਵਾਰਡ ਦੇ ਨਾਮ ਨਾਲ ਜਾਣਦੇ ਹਾਂ ਮਤਲਬ ਜਿਹੜਾ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ ਉਹ ਰੈਡ ਕਲਿਫ ਨਾਮਕ ਬੰਦੇ ਨੇ ਸਮਝੌਤਾ ਕਰਾਇਆ ਸੀ ਤੇ ਅਲੱਗ-ਅਲੱਗ ਕਰਵਾ ਦਿੱਤਾ ਸੀ ਭਾਰਤ ਅੱਡ ਹੋ ਗਿਆ ਤੇ ਪਾਕਿਸਤਾਨ ਅਲੱਗ ਹੋ ਗਿਆ ਉਹ ਕਿਸ ਦੁਆਰਾ ਹੋਇਆ ਸੀ ਰੈਡ ਕਲਿਫ ਸੀ ਬ੍ਰਿਟੇਨ ਦਾ ਇੱਕ ਕੋਈ ਸੀ ਮੰਤਰੀ ਸੀ ਉਹ ਆਇਆ ਸੀ ਭਾਰਤ ਤੇ ਉਸਨੇ ਕੀ ਕੀਤਾ ਸਮਝੌਤਾ ਕਰਾਇਆ ਤੇ ਪਾਕਿਸਤਾਨ ਅਲੱਗ ਕਰ ਦਿੱਤਾ ਅਤੇ ਭਾਰਤ ਅਲੱਗ ਕਰ ਦਿੱਤਾ ਤਾਂ ਇਸ ਸਮਝੌਤੇ ਨੂੰ ਰੈਡ ਕਲਿਫ ਦੇ ਨਾਮ ਨਾਲ ਜਾਣਿਆ ਗਿਆ ਅਦਰ ਰੱਖੋ ਕਾਫੀ ਬਾਰ ਇਗਜ਼ਾਮ ਵਿੱਚ ਆ ਚੁੱਕਿਆ ਹੈ ਵੀ ਕੁਐਸਚਨ ਤੇ ਕੁਐਸਚਨ ਨੰਬਰ 15 ਦਾ ਜਿਹੜਾ ਰਾਈਟ ਆਨਸਰ ਹੋਵੇਗਾ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 16 ਦੀ ਗੱਲ ਕਰੀਏ ਵੰਡ ਤੋਂ ਬਾਅਦ ਪੰਜਾਬ ਦੇ Rajasthan ਨੇ ਕਿਸ ਨੂੰ ਬਣਾਇਆਗਾ ਦੇਖੋ ਦੋਸਤੋ ਯਾਦ ਰੱਖੋ ਕਾਫੀ ਬਾਰ ਐਗਜ਼ਾਮ ਵਿੱਚ ਮੈਂ ਕਹਿੰਨਾ ਇਹ ਇਸ ਤਰ੍ਹਾਂ ਦੇ ਕੁਐਸਚਨ ਐਗਜ਼ਾਮ ਵਿੱਚ ਪੁੱਛੇ ਜਾਂਦੇ ਨੇ ਤਾਂ ਵੰਡ ਤੋਂ ਬਾਅਦ ਪੰਜਾਬ ਦੇ Rajasthan ਨੇ ਸਭ ਤੋਂ ਪਹਿਲਾਂ ਕਿਹੜੀ ਬਣਾਈ ਕਿਹੜਾ ਸ਼ਹਿਰ ਬਣਾਇਆ ਗਿਆ ਸੀ Shimla ਬਣਾਇਆ ਗਿਆ ਸੀ ਕਿਉਂ ਬਣਾਇਆ ਗਿਆ ਸੀ ਦੋਸਤੋ ਉਦੋਂ ਕੀ ਸੀ Haryana Punjab ਤੇ ਮਛਲ ਪ੍ਰਦੇਸ਼ ਇਹ ਤਿੰਨੋਂ ਇੱਕ ਜਿੰਨਾ ਦਾ ਇੱਕ ਏਰੀਆ ਸੀ ਮਤਲਬ ਕਿ ਇਹ ਪੰਜਾਬ ਦੇ ਨਾਮ ਨਾਲ ਹੀ ਜਾਣੇ ਜਾਂਦੇ ਸੀ ਇਸ ਤੋਂ ਬਾਅਦ ਇਹ ਤਿੰਨ ਅਲੱਗ-ਅਲੱਗ ਸਟੇਟਾਂ ਵਿੱਚ ਡਿਵਾਈਡ ਹੋ ਗਈ ਸੀ ਓਕੇ ਦੋਸਤੋ ਇਸ ਬਾਰੇ ਮੈਂ ਪ੍ਰੋਪਰ ਕਲਾਸ ਤੋਂ ਉਹਨੂੰ ਥਿਊਰੀ ਵਿੱਚ ਸਮਝਾਈ ਹੋਈ ਹੈ ਪੰਜਾਬ ਜੀਕੇ ਬਾਈ ਮੈਨੂੰ ਮੋਡ ਲਿਖ ਕੇ ਸਰਚ ਕਰੋਗੇ ਤਾਂ ਤੁਹਾਨੂੰ ਇਜ਼ੀਲੀ ਮਿਲ ਜਾਵੇਗਾ ਸ਼ੁਰੂ ਤੋਂ ਲੈ ਕੇ ਆਪਣਾ ਮਹਾਰਾਜਾ ਰਣਜੀਤ ਸਿੰਘ ਤੱਕ ਦਾ ਦੌਰ ਮੈਂ ਉਸ ਵੀਡੀਓ ਵਿੱਚ ਤੁਹਾਨੂੰ ਕਲੀਅਰ ਕੀਤਾ ਹੋਇਆ ਹੈ ਜਾ ਕੇ ਧਿਆਨ ਨਾਲ ਇੱਕ ਵਾਰੀ ਰੀਡ ਜ਼ਰੂਰ ਕਰ ਲਿਓ ਇਸ ਤੋਂ ਬਾਅਦ ਕੁਐਸਚਨ ਨੰਬਰ 17 ਦੀ ਗੱਲ ਕਰੀਏ ਪੈਪਸੂ ਇਹ ਕਦੋਂ ਬਣਿਆ ਬਣਾਇਆ ਗਿਆ ਸੀ ਪੈਪਸੂ ਦੋਸਤੋ 1948 ਵਿੱਚ ਗਠਰ ਹੋਇਆ ਸੀ ਪੈਪਸੂ ਦਾ ਐਂਡ ਇਸ ਦਾ ਜਿਹੜਾ ਪਹਿਲਾ ਮੁਖੀ ਸੀ ਉਹ ਮਹਾਰਾਜਾ ਯਾਦਵਿੰਦਰ ਸਿੰਘ ਸੀ ਕਾਫੀ ਵਾਰ ਐਗਜ਼ਾਮ ਵਿੱਚ ਇਹ ਕੁਐਸਚਨ ਆ ਚੁੱਕਿਆ ਹੈ ਹਰਕ ਇਸ ਤੋਂ ਬਾਅਦ ਕੁਐਸਚਨ ਨੰਬਰ 18 ਦੀ ਗੱਲ ਕਰੀਏ ਪੈਪਸੂ ਦੀ ਰਾਜਸਤਾਨੀ ਅਤੇ ਪਹਿਲਾ ਮੁਖੀ ਕੌਣ ਸੀ ਜਿਵੇਂ ਕਿ ਤੁਹਾਨੂੰ ਮੈਂ ਦੱਸ ਦਿੱਤਾ ਪਹਿਲਾ ਮੁਖੀ ਸੀ ਮਹਾਰਾਜਾ ਰਣਜੀਤ ਮਹਾਰਾਜਾ ਯਾਦਵਿੰਦਰ ਸਿੰਘ ਸੀ ਜੋ ਪਹਿਲਾ ਮੁਖੀ ਸੀ ਤੇ ਰਾਜਸਤਾਨੀ ਕਿਹੜੇ ਸੀ ਇਸ ਦੀ ਪੈਪਸੂ ਦੀ ਪੱਟੀ ਵਾਲਾ ਸੀ ਇਸ ਸਮੇਂ ਕੁਐਸਚਨ ਨੰਬਰ 9 ਦੀ ਗੱਲ ਕਰੀਏ ਅੱਜ ਦਾ ਪੰਜਾਬ ਕਦੋਂ ਬਣਿਆ ਸੀ ਮਤਲਬ ਜਿਸ ਪੰਜਾਬੀ ਵਿੱਚ ਆਪਾਂ ਹੁਣ ਰਹਿ ਰਹੇ ਹਾਂ ਇਸ ਦਾ ਨਿਰਮਾਣ ਕਦੋਂ ਹੋਇਆ ਸੀ ਕਨਫਿਊਜ਼ਨ ਹੋਇਆ ਤੇ 1966 ਵਿੱਚ ਜਿਹੜਾ ਅਜੋਕਾ ਪੰਜਾਬ ਜਿਸ ਵਿੱਚ ਆਪਾਂ ਰਹਿ ਰਹੇ ਆ ਇਸ ਦਾ ਨਿਰਮਾਣ ਹੋਇਆ ਸੀ ਤੇ 1966 ਵਿੱਚ ਕੀ ਹੋਇਆ ਸੀ ਹਿਮਾਚਲ ਪ੍ਰਦੇਸ਼ ਅਲੱਗ ਹੋਇਆ ਸੀ ਰੈਣਾ ਹੋਇਆ ਸੀ ਤੇ ਪੰਜਾਬ ਤਾਂ ਇਹ ਤਿੰਨੇ ਜਿਹੜੇ ਰਾਜ ਨੇ ਹਿਮਾਚਲ ਹਰਿਆਣਾ ਪੰਜਾਬ ਤਿੰਨਾਂ ਦਾ ਗਠਨ ਦੀ ਜੇ ਡੇਟ ਪੁੱਛੀ ਜਾਵੇ ਤਾਂ 1966 ਤੁਸੀਂ ਯਾਦ ਰੱਖਿਓ ਕਿਉਂਕਿ 1966 ਨੂੰ ਹੀ ਇਹ ਪੰਜਾਬ ਵਿੱਚੋਂ ਅਲੱਗ ਹੋਈ ਸੀ ਅਲੱਗ-ਅਲਗ ਰਾਜ ਜਾਂ ਸਟੇਟ ਕोषित ਕਰ ਦਿੱਤੇ ਗਏ ਸੀ। ਬਾਅਦ ਕੁਐਸਚਨ ਨੰਬਰ 20 ਦੀ ਗੱਲ ਕਰੀਏ ਪੰਜਾਬ ਦੀ ਸਵੇਰ ਦਾ ਪਿਤਾਮਾ ਸੋਰੀ ਇੱਥੇ ਮਿਸਟੇਕ ਹੋ ਚੁੱਕਾ ਹੈ ਤੇ ਇਹ ਕੀ ਕੁਐਸਚਨ ਕੀ ਕਹਿਣਾ ਚਾਹੁੰਦਾ ਹੈ ਪੰਜਾਬ ਸੂਬੇ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ? ਯਾਦ ਰੱਖਿਓ ਆਪਸ਼ਨ ਨੰਬਰ A ਮਾਸਟਰ ਤਾਰਾ ਸਿੰਘ ਸੀ ਜਿਸ ਨੂੰ ਪੰਜਾਬ ਦਾ ਪਿਤਾਮਾ ਦਾ ਖਿਤਾਬ ਪ੍ਰਾਪਤ ਹੋਇਆ ਸੀ। ਇਸ ਤੋਂ ਬਾਅਦ ਕੁਐਸਚਨ ਨੰਬਰ 21 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਸ ਨੂੰ ਲਖਮਣ ਦਾਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤਾਂ ਬਾਬਾ ਬੰਦਾ ਸਿੰਘ ਬਹਾਦਰ ਸੀ ਜਿਸ ਨੂੰ ਲਖਮਣ ਦਾਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 22 ਦੀ ਗੱਲ ਕਰੀਏ ਕਿਸ ਕ੍ਰਾਂਤੀਕਾਰ ਨੂੰ ਸ਼ਹੀਦ-ਏ-ਆਜ਼ਮ ਦਾ ਖਿਤਾਬ ਦਿੱਤਾ ਗਿਆ ਸੀ ਤਾਂ ਯਾਦ ਰੱਖਿਓ ਇਸ ਬਾਰੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਹੀਦ-ਏ-ਆਜ਼ਮ ਦੇ ਨਾਮ ਨਾਲ ਇਹ ਖਿਤਾਬ ਸੋਂਪਿਆ ਗਿਆ ਸੀ ਕੁਐਸਚਨ ਨੰਬਰ 23 ਦੀ ਗੱਲ ਕਰੀਏ ਇਹਨਾਂ ਵਿੱਚੋਂ ਕੌਣ ਦਮਦਮੀ ਤਕਸਾਲ ਦਾ ਪਹਿਲਾ ਮੁਖੀ ਬਣਿਆ ਕਾਫੀ ਇੰਪੋਰਟੈਂਟ ਕੁਐਸਚਨ ਹੈ ਦਮਦਮੇ ਟਕਸਾਲ ਦਾ ਪਹਿਲਾ ਮੁਖੀ ਕੌਣ ਸੀ ਬਾਬਾ ਦੀਪ ਸਿੰਘ ਸੀ ਤੇ ਕੁਐਸਚਨ ਨੰਬਰ 23 24 ਦੀ ਗੱਲ ਕਰੀਏ ਬਾਬਰ ਅਕਾਲੀ ਦਾ ਪਹਿਲਾ ਮੁਖੀ ਕੌਣ ਬਣਿਆ ਸੀ ਤਾਂ ਇਹ ਵੀ ਕਾਫੀ ਬਾਅਦ ਇਗਜ਼ਾਮ ਵਿੱਚ ਰਿਪੀਟ ਹੋ ਚੁੱਕਾ ਹੈ ਤੇ ਯਾਦ ਰੱਖਿਓ ਕਿਸ਼ਨ ਸਿੰਘ ਵੜਿੰਗ ਜੋ ਬਾਬਰ ਅਕਾਲੀ ਦਾ ਪਹਿਲਾ ਮੁਖੀ ਬਣਿਆ ਸੀ ਨੰਬਰ 25 ਦੀ ਗੱਲ ਕਰੀਏ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਫਾਸੇ ਕਦੋਂ ਦਿੱਤੀ ਗਈ ਇਹ ਇਜ਼ੀ ਕੁਐਸਚਨ ਹੈ ਆਈ ਹੋਪ ਸਭ ਨੂੰ ਪਤਾ ਹੋਵੇਗਾ ਜੇ ਨਹੀਂ ਪਤਾ ਤਾਂ ਗੂਗਲ ਸਰਚ ਮਾਰੋ ਤੇ ਵੀਡੀਓ ਵਿੱਚ ਕਮੈਂਟ ਕਰਕੇ ਮੈਨੂੰ ਵੀ ਦੱਸ ਦਿਓ। ਤੇ ਦੋਸਤੋ ਹੁਣ ਆਪਾਂ ਕੀ ਕਰਿਆ ਕਰਾਂਗੇ ਡੇਲੀ 2 ਵਜੇ ਤੁਹਾਨੂੰ 25-25 ਕੁਐਸਚਨਾਂ ਦੇ ਕਲਾਸ ਮੈਂ ਇੰਪੋਰਟੈਂਟ ਪੰਜਾਬ ਜੀਕੇ ਦੀ ਪ੍ਰੋਵਾਈਡ ਕਰਵਾਇ ਕਰਾਂਗਾ। ਇਸ ਕਰਕੇ 2 ਵਜੇ ਡੇਲੀ ਚੈਨਲ ਨੂੰ ਵਿਜ਼ਿਟ ਕਰ ਲਿਆ ਕਰੋ ਐਂਡ ਰਾਈਟ ਡਾਊਨ ਜ਼ਰੂਰ ਕਰ ਲਿਆ ਕਰੋ ਜੇ ਐਗਜ਼ਾਮ ਨੂੰ ਕੁਆਲੀਫਾਈ ਕਰਨਾ ਹੈ ਤਾਂ